ਜਿਹੜਾ ਉਹ ਵੀ ਵਿਕਿਆ ਹੋਇਆ ਇਹ ਘਰ ਚ ਜਿਹੜਾ ਬੈਠਾ ਇਹ ਮੇਰੇ ਘਰ ਚ ਹੁਣ ਆ ਰਹੇ ਨੇ ਵਿਚਾਰੇ ਉਰੇ ਭੁੱਖੇ ਤੇ ਆਏ ਉਰੇ ਆ ਕੇ ਡਿੱਕੇ ਹੁਣ ਉੱਥੇ ਘਰ ਤੇ ਇਹਦਾ ਵਿਕ ਗਿਆ ਜਿਹੜੇ ਲੋਕ ਨੇ ਬਹੁਤ ਸਾਰੇ ਲੋਕ ਕਹਿੰਦੇ ਨੇਗੇ ਕੈਂਸਰ ਦੀ ਬਿਮਾਰੀ ਹੈ ਪਰ ਦੂਜਾ ਇਸ ਲਈ ਹੈ ਕਿਹਾ ਜਾਂਦਾ ਕਿ ਲੋਕ ਉਸ ਭਿਆਨਕ ਬਿਮਾਰੀ ਦਾ ਨਾਮ ਲੈਣ ਤੋਂ ਵੀ ਡਰਦੇ ਨੇਗੇ ਤੇ ਹੁਣ ਫੇਰ ਸਾਨੂੰ ਬੁਲਾਉਂਦੇ ਸੀਗੇ ਹੁਣ ਜਦੋਂ ਵਗ ਜਾਂਦੇ ਜੇ ਪੈਸੇ ਹੁੰਦੇ ਨੇ ਜੀ ਵਗ ਜਾਂਦੇ ਆ ਜਦੋਂ ਨਹੀਂ ਹੁੰਦੇ ਫਿਰ ਅਸੀਂ ਘਰ ਬੈਠੇ ਆ ਮੇਰੀ ਸੱਸ ਤੇ ਜਿਹੜੀ ਉਹਦੇ ਵੀ ਮੂੰਹ ਚ ਤੀਗਾ ਇਧਰਲੀ ਜਗ੍ਹਾ ਤੇ ਤੀਗਾ ਐਡੇ ਲੌਂਕਦਾ ਤੇ ਉਹਦਾ ਵੀ ਅੱਛਾ ਜੀ ਉਹਦੀ ਮੌਤ ਹੋ ਗਈ ਜੀ ਉਸ ਤੋਂ ਬਾਅਦ ਮੇਰਾ ਦਿਓਰ ਮੁੱਕ ਗਿਆ ਉਹਦੇ ਪੱਟ ਚ ਤੀਗਾ ਉਰੇ ਉਹਨਾਂ ਨੂੰ ਵੀ ਕੈਂਸਰ ਹੋਇਆ ਉਹਨਾਂ ਨੂੰ ਵੀ ਕੈਂਸਰ ਤੇ ਅੱਛਾ ਜੀ ਉਸ ਤੋਂ ਬਾਅਦ ਫਿਰ ਮੇਰੇ ਦਿਓਰ ਦੇ ਉਹਦੇ ਮੁੰਡਾ ਸੀਗਾ ਜਿਹੜਾ ਜੀ ਉਹਦੇ ਪਿੱਠ ਚ ਤੀਗਾ ਅੱਛਾ ਜੀ ਹਾਂ ਕਿਤੇ ਗਈ ਹੋਈਆਂ ਬਸ ਆ ਭਾਂਡੇ ਭੁੰਡੇ ਮਾਂਜਣ ਵਾਗੀ ਕਿਸੇ ਦਾ ਗੋਹਾ ਡੇਗਣ ਵਾਗੀ ਜਿੰਨਾ ਕੋਈ ਦੇ ਦਿੰਦਾ ਵੀ ਮੈਂ ਉਹਨਾਂ ਕਾ ਘਰੇ ਵਰਤ ਲੈਂਦਾ ਸਤਿ ਸ਼੍ਰੀ ਅਕਾਲ ਮੈਂ ਸੁੱਖੀ ਮੰਗਾਣੀਆ ਤੁਸੀਂ ਜੁੜੇ ਹੋਏ ਹੋ ਸਰਲੇਖ ਦੇ ਨਾਲ ਦੇਸਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਓ ਸਾਡੇ ਸਮੇਂ ਦੀਆਂ ਸਰਕਾਰਾਂ ਤੇ ਨਾਲ ਸੰਬੰਧਿਤ ਲੀਡਰ ਇਸ ਵੀਡੀਓ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਇੱਕ ਦੁਖਾਂਤ ਇੱਕ ਦੁੱਖ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਪਹੁੰਚੇ ਹਾਂ ਜਿੱਥੇ ਇੱਕ ਪਰਿਵਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਸੀਂ ਇਸ ਤੋਂ ਪਹਿਲਾਂ ਜੋ ਨਾਲ ਇਸ ਪਰਿਵਾਰ ਦੇ ਵਿੱਚ ਜਿਹੜੇ ਵਿੱਚ ਪਹੁੰਚੇ ਹਾਂ ਇਸ ਘਰ ਦੇ ਮੁਖੀ ਨੂੰ ਅਤੇ ਉਸ ਘਰ ਦੇ ਵਿੱਚ ਇੱਕ ਬੇਟੀ ਨੂੰ ਉਹਨਾਂ ਦੇ ਜਵਾਈ ਨੂੰ ਇਸ ਤੋਂ ਪਹਿਲਾਂ ਵੀ ਇਸ ਘਰ ਦੇ ਵਿੱਚ ਕੈਂਸਰ ਨਾਲ ਮੌਤ ਹੋ ਚੁੱਕੀ ਹੈ ਪੂਰੇ ਦਾ ਪੂਰਾ ਪਰਿਵਾਰ ਅੱਜ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਿਹਾ ਮੇਰੇ ਨਾਲ ਮਾਤਾ ਜੀ ਬੈਠੇ ਨੇ ਜਾਣਦੇ ਹਾਂ ਇਸ ਘਾਤਕ ਬਿਮਾਰੀ ਬਾਰੇ ਉਹਨਾਂ ਮਰੀਜ਼ਾਂ ਨਾਲ ਅਸੀਂ ਤਾਂ ਨਹੀਂ ਗੱਲ ਕਰ ਰਹੇ ਹੈਗੇ ਕਿਉਂਕਿ ਇਹੋ ਜਿਹੀ ਭਿਆਨਕ ਬਿਮਾਰੀ ਬਾਰੇ ਮਰੀਜ਼ ਨੂੰ ਗੱਲ ਕਰਨੀ ਵੀ ਬਹੁਤ ਔਖੀ ਲੱਗਦੀ ਹੈ ਇਸ ਬਾਰੇ ਇਸ ਆਪਣੇ ਆਪ ਬਾਰੇ ਦੱਸਣਾ ਵੀ ਮੈਨੂੰ ਇਹ ਜਿਹੜੀ ਭਿਆਨਕ ਬਿਮਾਰੀ ਲੱਗ ਚੁੱਕੀ ਹੈ ਇਹ ਦੱਸਣਾ ਬਹੁਤ ਔਖਾ ਹੈਗਾ ਇਸ ਲਈ ਅਸੀਂ ਮਾਤਾ ਜੀ ਨਾਲ ਗੱਲ ਕਰਦੇ ਹਾਂ ਪੂਰੇ ਪਰਿਵਾਰ ਬਾਰੇ ਕੀ ਵਾਪਰਿਆ ਗਿਆ ਇਹ ਕਾਹਦੇ ਕਾਰਨ ਹੈ ਜਾਂ ਕੀ ਸਮੱਸਿਆ ਆਈ ਹੋਈ ਹੈ ਮਾਤਾ ਜੀ ਕੀ ਨਾਮ ਹੈ ਤੁਹਾਡਾ ਪਿਆਰੋ ਕੌਰ ਤੁਹਾਡੇ ਜਿਹੜੇ ਪਤੀ ਨੇਗੇ ਉਹਨਾਂ ਦਾ ਕੀ ਨਾਮ ਹੈ ਰਣ ਸਿੰਘ ਜਿਹੜੇ ਰਣ ਸਿੰਘ ਨੇ ਉਹਨਾਂ ਦੀ ਕੀ ਸਮੱਸਿਆ ਪਹਿਲਾਂ ਇਹ ਦੱਸੋ ਉਹਨਾਂ ਦੇ ਜੀ ਉਰੇ ਹੈਗਾ ਗਲ 'ਚ ਕੀ ਹੈਗਾ ਰਸੌਲੀ ਤੀ ਪਹਿਲਾਂ ਰਸੌਲੀ ਰਸੌਲੀ ਕਹੇ ਵੀ ਰਸੌਲੀ ਹੈ ਰਸੌਲੀ ਹੈ ਹਾਂ ਹੁਣ ਚੈੱਕ ਕਰਾਇਆ ਵੀ ਦੂਜੇ ਦੀ ਸੰਭਾਵਨਾ ਹੋ ਗਈ ਵੀ ਹੋਏਗਾ ਪਹਿਲੀ ਸਟੇਟ 'ਤੇ ਹਲੇ ਹੁਣ ਅਸੀਂ ਦੋਸਤੋ ਦੂਜਾ ਮਤਲਬ ਸਾਡੇ ਇੱਧਰ ਏਰੀਏ ਦੇ ਵਿੱਚ ਲੋਕ ਇਹੋ ਜਿਹੀ ਭਿਆਨਕ ਬਿਮਾਰੀ ਦਾ ਨਾਮ ਲੈਣ ਤੋਂ ਵੀ ਡਰਦੇ ਨੇ ਇਸ ਕਰਕੇ ਜਿਹੜਾ ਦੂਜਾ ਸ਼ਬਦ ਹੈ ਉਹ ਦੂਜਾ ਕੈਂਸਰ ਨੂੰ ਕਿਹਾ ਜਾਂਦਾ ਹੈ ਵੀ ਦੂਜੀ ਬਿਮਾਰੀ ਹੈ ਉਹ ਤਾਂ ਕਰਕੇ ਅਸੀਂ ਆਪਣੇ ਜਿਹੜੇ ਲੋਕ ਨੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕੈਂਸਰ ਦੀ ਬਿਮਾਰੀ ਹੈ ਪਰ ਦੂਜਾ ਇਸ ਲਈ ਹੈ ਕਿਹਾ ਜਾਂਦਾ ਕਿ ਲੋਕ ਉਸ ਭਿਆਨਕ ਬਿਮਾਰੀ ਦਾ ਨਾਮ ਲੈਣ ਤੋਂ ਵੀ ਡਰਦੇ ਨੇਗੇ ਹਾਂਜੀ ਮਾਤਾ ਜੀ ਉਦੋਂ ਦੂਸਰੀ ਮੇਰੀ ਬੇਟੀ ਹੈ ਜੀ ਜਿਹੜੇ ਰਣ ਸਿੰਘ ਨੇਗੇ ਹਾਂਜੀ ਉਹਨਾਂ ਨੂੰ ਸਮੱਸਿਆ ਕਿੰਨੇ ਚਿਰ ਤੋਂ ਹੈ ਉਹਨੂੰ ਹੋ ਗਈ ਜੀ 15 ਸਾਲ ਹੋ ਗਏ ਹੁਣ ਤਾਂ ਪਹਿਲਾਂ ਦਵਾਈ ਗਏ ਅਸੀਂ ਕਦੇ ਕਿਤੋਂ ਕਦੇ ਕਿਤੋਂ ਚੱਲ ਹੁਣ ਜਦੋਂ ਬਈ ਪੈਸਾ ਨਹੀਂ ਕੋਈ ਰਿਹਾ ਹੈਗਾ ਦਵਾਉਣ ਨੂੰ ਜੀ ਉਦੋਂ ਬੇਟੀ ਹੋ ਗਈ ਜੀ ਬੇਟੀ ਤੇ ਬਹੁਤ ਪੈਸਾ ਲਾਤਾ ਜੀ ਮੈਂਗਲ ਹਸਪਤਾਲ ਆਪਣਾ ਮੋਹਾਲੀ ਲਾ ਚੱਲ ਰਿਹਾ ਉਹਦਾ ਜੀ 6 ਮਹੀਨੇ ਉਹਦੀ ਰੇਟ ਮੁੱਟ ਪੂਰੀ ਹੋ ਗਈ ਜੀ ਤੇ ਹੁਣ ਫਿਰ ਸਾਨੂੰ ਬੁਲਾਉਂਦੇ ਸੀਗੇ ਹੁਣ ਜਦੋਂ ਵਗ ਜਾਂਦੇ ਜੇ ਪੈਸੇ ਹੁੰਦੇ ਨੇ ਜੀ ਵਗ ਜਾਂਦੇ ਆ ਜਦੋਂ ਨਹੀਂ ਹੁੰਦੇ ਫਿਰ ਅਸੀਂ ਘਰ ਬੈਠੇ ਆ ਕਿੰਨੇ ਚਿਰ ਬਾਅਦ ਤੁਸੀਂ ਦਵਾਈ ਲਿਆਉਨੇ ਹੋ ਦਵਾਈ ਕਿੰਨਾ ਕੁ ਪੈਸਾ ਖਰਚ ਆ ਜਾਂਦਾ ਪੈਸਾ ਤਾਂ ਜੀ ਉੱਥੇ ਬਹੁਤ ਜ਼ਿਆਦਾ ਲੱਗਦਾਗਾ ਪ੍ਰਾਈਵੇਟ ਹਸਪਤਾਲ ਜੀ ਸਰਕਾਰੀ ਇਲਾਜ ਨਹੀਂ ਹੋਇਆ ਸਾਡਾ ਕੋਈ ਵੀ ਕਿਤੇ ਵੀ ਇਸ ਤੋਂ ਪਹਿਲਾਂ ਵੀ ਕੋਈ ਅਜਿਹੀ ਦਿੱਕਤ ਆਈ ਹੈ ਘਰ ਦੇ ਵਿੱਚ ਹਾਂਜੀ ਹਾਂਜੀ ਪਹਿਲਾਂ ਮੇਰੀ ਸੱਸ ਤੀ ਜਿਹੜੀ ਉਹਦੇ ਵੀ ਮੂੰਹ 'ਚ ਤੀਗਾ ਇੱਧਰਲੀ ਜਗ੍ਹਾ 'ਤੇ ਤੀਗਾ ਐਡੇ ਲੌਂਕਦਾ ਤੇ ਉਹਦਾ ਵੀ ਅੱਛਾ ਜੀ ਉਹਦੀ ਮੌਤ ਹੋ ਗਈ ਜੀ ਉਸ ਤੋਂ ਬਾਅਦ ਮੇਰਾ ਦਿਓਰ ਮੁੱਕ ਗਿਆ ਉਹਦੇ ਪੱਟ 'ਚ ਤੀਗਾ ਉਰੇ ਉਹਨਾਂ ਨੂੰ ਵੀ ਕੈਂਸਰ ਹੋਇਆ ਉਹਨਾਂ ਨੂੰ ਵੀ ਕੈਂਸਰ ਤੇ ਅੱਛਾ ਜੀ ਉਸ ਤੋਂ ਬਾਅਦ ਫਿਰ ਮੇਰੇ ਦਿਓਰ ਦੇ ਉਹਦੇ ਮੁੰਡਾ ਸੀਗਾ ਜਿਹੜਾ ਜੀ ਉਹਦੇ ਪਿੱਠ 'ਚ ਤੀਗਾ ਅੱਛਾ ਜੀ ਹਾਂਜੀ ਹੁਣ ਇਸ ਤੋਂ ਬਾਅਦ ਆ ਚੱਲ ਪਿਆ ਅੱਛਾ ਤੇ ਜਿਹੜੇ ਨਾਲ ਤੁਹਾਡੇ ਬੈਠੇ ਨੇ ਇਹ ਮੇਰੀ ਬੇਟੀ ਹੈ ਜੀ ਇੱਕ ਤਾਂ ਇੱਕ ਮੇਰਾ ਜਮਾਈ ਹੈ ਕਿੰਨਾ ਚਿਰ ਹੋ ਗਿਆ ਬੇਟੀ ਦੇ ਵਿਆਹ ਨੂੰ ਬੇਟੀ ਦੇ ਵਿਆਹ ਨੂੰ ਤਾਂ ਹੋ ਗਏ 9 ਸਾਲ
ਇਹ ਸਮੱਸਿਆ ਕਦੋਂ ਆਈ ਹੈ ਕੁੜੀਆਂ ਨੂੰ? ਇਹਨੂੰ 3 ਸਾਲ ਹੋ ਗਏ ਜੀ। ਅੱਛਾ 3 ਸਾਲ ਦਾ ਚੱਲ ਰਿਹਾ। ਕਦੇ ਪਹਿਲਾਂ ਤਾਂ ਲਿਆਉਂਦੇ ਰਹੇ, ਕਦੇ ਕਿਤੋਂ ਲਿਆਉਂਦੇ ਦਵਾਈ, ਕਦੇ ਕਿਤੋਂ ਲਿਆਉਂਦੇ। ਰਾਏਕੋਟ ਤੋਂ ਖਵਾਈ ਸਾਲ ਭਰ ਦਵਾਈ ਅਸੀਂ, ਹਫ਼ਤੇ ਦੀ ਦਵਾਈ ਉੱਥੇ 5,000 ਦੀ ਵੀ ਦੇ ਦਿੰਦਾ, 4,000 ਦੀ। ਉਹ ਚੱਲ ਹੈਗੇ ਸੀਗੇ ਲਾਈ ਜਾਂਦੇ ਤੇ ਜੀ, ਬਾਹਰ ਲੈ ਚੱਕ ਲਾਈ ਜਾਂਦੇ ਤੇ ਜੀ। ਅਤੇ ਹੁਣ ਕੋਈ ਪੈਸਾ ਨਹੀਂ ਹੈਗਾ ਜੀ, ਹੁਣ ਤਾਂ ਅਸੀਂ ਘਰ ਬੈਠ ਕੇ ਢੇਰੀ ਢਾਹ ਕੇ ਸਾਰਾ। ਅਤੇ ਜਵਾਈ ਨੂੰ ਤੁਹਾਡੇ ਨੂੰ ਕਦੋਂ ਸਮੱਸਿਆ? ਇਹਨੂੰ ਹੋ ਗਏ 7 ਮਹੀਨੇ। ਇਹਨਾਂ ਨੂੰ ਹੁਣ ਆਈ ਹੈ? ਹਾਂਜੀ, ਇਹਨਾਂ ਨੂੰ ਹੁਣ ਆਈ ਹੈ। ਇਹ ਆਪਣਾ ਪਟਿਆਲੇ ਚੱਲ ਰਿਹਾ ਇਲਾਜ ਇਹਨਾਂ ਦਾ। ਫਿਰ ਹੁਣ ਘਰ ਦੇ ਵਿੱਚ ਜਿਹੜਾ ਕਮਾਈ ਦਾ ਸਾਧਨ ਆ ਉਹ ਕੀ ਹੈ? ਕੀ ਕੋਈ ਨਾ ਜੀ, ਮੈਂ ਬਸ ਤੁਹਾਡੇ ਸਾਹਮਣੇ ਹੁਣ ਆਈ ਹਾਂ। ਦੇਖ ਤੜਕੇ ਦੀ ਕੰਮ ਕਰਦੇ ਹੋ? ਤੜਕੇ ਦੀ ਗਈ ਹੋਈ ਹਾਂ ਬਸ, ਆਹ ਭਾਂਡੇ ਭੁੰਡੇ ਮਾਂਜਣ ਵਗ ਗਈ, ਕਿਸੇ ਦਾ ਗੋਹਾ ਡੇਗਣ ਵਗ ਗਈ। ਜਿੰਨਾ ਕੁ ਕੋਈ ਦੇ ਦਿੰਦਾ ਵੀ ਮੈਂ ਉਨਾ ਕੁ ਘਰੇ ਵਰਤ ਲੈਂਦੇ। ਅੱਛਾ ਜੀ, ਕੋਈ ਇਸ ਤੋਂ ਪਹਿਲਾਂ ਕੋਈ ਮਦਦ ਆਈ ਤੁਹਾਡੇ ਕੋਲ ਕਿਸੇ ਨੇ? ਮਦਦ ਇੱਕ ਮਦਦ ਕਰੀ ਤੀ ਜੀ, ਪਹਿਲੀ ਵੀਡੀਓ ਪਾਈ ਤੀ ਜਿਹੜੀ ਇਹਨਾਂ ਬਾਈਆਂ ਨੇ ਜੀ, ਉਹਨਾਂ ਨੇ 25,000 ਰੁਪਏ ਪਾਏ ਤੇ। ਉਦੋਂ ਬਾਅਦ ਕੋਈ ਮਦਦ ਨਹੀਂ ਹੋਈ, ਬਸ ਉਹ ਜਿਹੜਾ ਹੁਣ ਆਖੇ ਲੱਖ ਵਾਲਾ ਤਾਂ ਆਉਂਦਾ ਨਹੀਂ ਲੈਣ, ਜਿਹੜਾ ਘੱਟ ਵਾਲਾ ਉਹ ਛੇਤੀ ਭੱਜਦਾ ਲੈਣ ਵੀ ਮੈਂ ਵੀ ਦੇ ਦੇ। ਉਹ ਵਿਚਾਰੀ ਬੇਟੀ ਨੇ ਜਿੰਨੇ ਕਹੇਗੇ ਤੇ ਤੇਰੇ ਮੇਰੇ ਲੈ ਕੇ ਖੜਾ, ਤੇ ਪੈਸਾ ਫੇਰ ਨਹੀਂ ਘਰੇ ਰਿਹਾ ਕੋਈ। ਅਗਲੇ ਮੰਗਦੇ ਨੇ ਹੁਣ, ਜਿਹੜੋ ਫੜ ਕੇ ਲੈ ਜਾਂਦੇ ਕਿਸੇ ਤੋਂ ਮਾਤੜ ਤੋਂ, ਉਹ ਤਾਂ ਦੇਣ ਦਾ ਵੀ ਹੱਕ ਬਣਦਾ ਆਪਣਾ। ਕੋਈ ਸਰਕਾਰੀ ਸਹਾਇਤਾ ਹੋਈ ਹੈ ਤੁਹਾਡੀ ਹੁਣ ਤੱਕ? ਕੋਈ ਨਹੀਂ, ਕੋਈ ਸਰਕਾਰੀ ਨਹੀਂ, ਕੁਛ ਨਹੀਂ ਹੋਇਆ ਸਰਕਾਰੀ। ਤੁਸੀਂ ਕੋਈ, ਤੁਹਾਡੇ ਕੋਲ ਕੋਈ MLA ਜਾਂ ਕੋਈ ਹੋਰ ਲੀਡਰ ਇੱਥੇ? ਨਾ ਜੀ, ਕੋਈ ਨਹੀਂ ਆਇਆ ਹੈ। ਜਾਂ ਤੁਸੀਂ ਕਿਸੇ ਕੋਲ ਗਏ ਹੋ? ਨਾ, ਅਸੀਂ ਤਾਂ ਕਿਸੇ ਕੋਈ ਨਹੀਂ ਗਏ ਹੈਗੇ। MLA ਸਾਹਿਬ ਨਾ ਇਹ ਗੱਲ ਸੁਣਨ ਸਾਡੀ, ਬਲਾਡੇ ਦੇ ਨੇਗੇ ਜੀ, ਨਾ ਅਸੀਂ ਇਹਨਾਂ ਕੋਲ ਗਏ ਜੀ। ਹਾਂ, ਅਸੀਂ ਤਾਂ ਕਿਸੇ ਨਹੀਂ ਗਏ ਜੀ, ਅਸੀਂ ਤਾਂ ਘਰੇ ਬੈਠ ਗਏ। ਹੁਣ ਚਾਰੇ ਅੰਗ ਨੇ ਰਹਿ ਗਏ ਸਾਡੇ, ਚਾਰੇ ਜਣਿਆਂ ਦੇ। ਹੁਣ ਵਿੱਚ ਕੁਛ ਨਹੀਂ ਹੈਗਾ, ਨਾ ਪੈਸਾ ਲਾਉਣ ਨੂੰ ਹੈਗਾ ਘਰੇ ਕੋਈ। ਜਿਹੜੇ ਤੁਹਾਡੇ ਜਵਾਈ ਨੇ ਉਹਨਾਂ ਦੀ 7 ਮਹੀਨੇ ਦੀ ਸਟੇਜ ਹੈ ਜੀ। ਹਾਂਜੀ ਹਾਂਜੀ। ਤੁਸੀਂ ਡਾਕਟਰ ਨੂੰ ਮਿਲੇ ਹੋ ਕਿ ਜੇਕਰ ਤੁਹਾਨੂੰ ਪੈਸਾ ਮਿਲ ਜਾਂਦਾ ਉਹਦਾ ਇਲਾਜ ਸੰਭਵ ਹੈ, ਜਾਂ ਡਾਕਟਰ ਤੋਂ ਤੁਹਾਨੂੰ ਕੀ ਸਲਾਹ ਦਿੰਦੇ ਨੇ? ਲਓ ਤਾਂ ਕਹਿੰਦੇ ਵੀ ਦਵਾਈ ਖਵਾਵਾਂਗੇ ਇਹਨੂੰ ਸਾਲ ਭਰ। 6 ਮਹੀਨੇ ਹੋ ਗਏ ਦਵਾਈ, 7ਵਾਂ ਮਹੀਨਾ ਚੱਲ ਪਿਆ ਦਵਾਈ ਖਾਣ ਨੂੰ। ਅਸੀਂ ਦਾਖਲ ਕਰਕੇ ਰੱਖਿਆਗਾ ਉੱਥੇ ਆਪਣਾ ਪਟਿਆਲੇ ਜੀ, ਆ ਕਿਹੜਾ ਹਸਪਤਾਲ ਉਹ ਸਰਕਾਰੀ ਹੋ ਜਿਹੜਾ ਜੀ, ਉੱਥੇ ਰੱਖਿਆ ਜੀ। ਅਤੇ ਉੱਥੇ ਲੱਗ ਗਿਆ ਸਾਡਾ 70-75,000 ਰੁਪਇਆ ਲੱਗ ਗਿਆ ਉੱਥੇ ਸਾਡਾ। ਕੋਈ ਸਹਾਇਤਾ ਨਹੀਂ ਕਿਸੇ ਨੇ ਦਿੱਤੀ, ਬਸ ਕਰੋ ਜੀ ਜਿੰਨਾ ਕੁ ਹੈਗਾ ਤੇ ਵੇਚ ਵੱਟ ਕੇ ਲਾਤਾ ਵਿਚਾਰਿਆਂ ਨੇ, ਘਰ ਵੀ ਵਿਕ ਗਿਆ ਜੀ ਇਹਨਾਂ ਦਾ, ਘਰ ਵੀ ਕਿਰਾਏ 'ਤੇ। ਅਸੀਂ ਇਹ ਪੁੱਛਣਾ ਚਾਹੁੰਦੇ ਵੀ ਜੇ ਤੁਹਾਨੂੰ ਪੈਸਾ ਮਿਲ ਜਾਂਦਾ ਹੈ ਕੋਈ ਸਮੇਂ ਦੀ ਹੁਕਮਰਾਨ ਸਰਕਾਰ ਦਾ ਆਗੂ ਜਾਂ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਹੋਰ ਤੁਹਾਡੀ ਮਦਦ ਕਰਦਾ ਪੈਸੇ ਨਾਲ, ਹਾਂਜੀ ਦਵਾਈ ਬੂਟੀ ਨਾਲ ਇਲਾਜ ਸੰਭਵ ਹੈ? ਹਾਂਜੀ, ਇਲਾਜ ਕਰਾਉਂਦੇ ਉਸ ਦਵਾਈ ਨਾਲ ਹੀ, ਜਿਹੜਾ ਕੋਈ ਦੇਣ ਦਾ ਉਹੀ ਕਰਾਉਂਦੇ ਇਲਾਜ ਉਹਦੇ ਨਾਲ ਹੀ ਪੈਸਾ ਨਾਲ। ਹੁਣ ਨਹੀਂ ਪੈਸਾ ਕੋਈ ਹੈਗਾ, ਹੁਣ ਘਰ 'ਚ ਜਿਹੜਾ ਉਹ ਵੀ ਵਿਕਿਆ ਹੋਇਆ। ਇਹ ਘਰ 'ਚ ਜਿਹੜਾ ਬੈਠਾ ਇਹ ਮੇਰੇ ਘਰ 'ਚ ਹੁਣ ਆ ਰਹੇ ਨੇ ਵਿਚਾਰੇ, ਉਰੇ ਭੁੱਖੇ ਤਿਹਾਈ ਉਰੇ ਆ ਕੇ ਡਿੱਗ ਗਏ, ਹੁਣ ਉੱਥੇ ਘਰ 'ਚ ਇਹਦਾ ਵਿਕ ਗਿਆ। ਅੱਛਾ ਜੀ, ਹਾਂਜੀ ਵਿਕ ਗਿਆ, ਕੀ ਜਵਾਈ ਦਾ ਘਰ ਹੀ ਵਿਕ ਚੁੱਕਾ? ਵਿਕ ਗਿਆ। ਹਾਂ, ਕਿਹੜਾ ਪਿੰਡ ਹੈ ਉਹਨਾਂ ਦਾ? ਉਹ ਹੈ ਆਪਣਾ ਚੱਠੇ ਸ਼ੇਖਵਾਂ, ਸ਼ੇਖਵਾਂ ਚੱਠਾ, ਹਾਂਜੀ ਸੰਗਰੂਰ ਦੇ ਵਿੱਚ, ਸੰਗਰੂਰ ਦੇ ਵਿੱਚ। ਅੱਛਾ, ਹੁਣ ਇਹਨਾਂ ਕੋਲ ਰਹਿਣ ਬਸੇਰਾ ਵੀ ਹੈ ਨਹੀਂ? ਨਹੀਂ ਹੈਗਾ ਜੀ। ਸਰਲੇਖ ਨਾਲ ਜੁੜੇ ਹੋਏ ਦਰਸ਼ਕੋ, ਅਸੀਂ ਵਾਰੀ ਵਾਰੀ ਕਹਿ ਰਹੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮੈਂ ਦੁਬਾਰਾ ਫਿਰ ਦੱਸ ਦਿੰਦਾ ਕਿ ਇਹ ਮਾਤਾ ਜੀ ਨੇ ਜਿਹੜੇ ਇਹਨਾਂ ਦੇ ਘਰ ਵਾਲੇ ਨੇ ਰਣ ਸਿੰਘ, ਉਹਨਾਂ ਨੂੰ ਵੀ ਕੈਂਸਰ ਹੈ, ਉਹਨਾਂ ਦੀ ਬੇਟੀ ਨੂੰ ਕੈਂਸਰ ਹੈ, ਉਹਨਾਂ ਦੇ ਜਵਾਈ ਨੂੰ ਕੈਂਸਰ ਹੈ। ਇਸ ਤੋਂ ਪਹਿਲਾਂ ਇਸ ਘਰ ਦੇ ਵਿੱਚ ਇਹਨਾਂ ਦੀ ਮਾਤਾ ਸ਼੍ਰੀ ਅਤੇ ਇਹਨਾਂ ਦੇ ਜਿਹੜੇ ਦਿਓਰ ਸੀਗੇ ਉਹ ਵੀ, ਇੱਕ ਉਹਨਾਂ ਦਾ ਬੇਟਾ ਜਵਾਨ ਪੁੱਤ ਉਹ ਵੀ ਕੈਂਸਰ ਦੀ ਲਪੇਟ ਵਿੱਚ ਆ ਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬੀ ਉਹ ਤੁਸੀਂ ਦਰਿਆ ਦਿੱਲੀ ਦਿਖਾਉਂਦੇ ਹੋ, ਤੁਸੀਂ ਬਹੁਤ ਲੋਕਾਂ ਦੀ ਮਦਦ ਕਰਦੇ ਹੋ, ਸਮਾਜ ਸੇਵੀ ਸੰਸਥਾ ਸਾਡੀ। ਜੇ ਕੋਈ ਇਸ ਵੀਡੀਓ ਨੂੰ ਕੋਈ ਦੇਖ ਰਹੀ ਹੈ ਤਾਂ ਪਲੀਜ਼ ਅਸੀਂ ਇਹਨਾਂ ਦਾ ਸੰਪਰਕ ਨੰਬਰ, ਬੈਂਕ ਦਾ ਖਾਤਾ ਨੰਬਰ ਸਕਰੀਨ 'ਤੇ ਦੇ ਰਹੇ ਹਾਂ, ਤਾਂ ਕਿਰਪਾ ਕਰਕੇ ਇਸ ਪਰਿਵਾਰ ਤੱਕ, ਪਿੰਡ ਦਿਆਲਪੁਰਾ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ, ਬਰੇਟਾ ਬੁਢਲਾਡਾ ਰੋਡ 'ਤੇ ਇਹ ਪਿੰਡ ਪੈਂਦਾ, ਤਾਂ ਕਿਰਪਾ ਕਰਕੇ ਇਸ ਪਰਿਵਾਰ ਤੱਕ ਪਹੁੰਚ ਕੀਤੀ ਜਾਵੇ, ਤਾਂ ਕਿ ਇਸ ਪਰਿਵਾਰ ਦੇ, ਕਿਉਂਕਿ ਜਿਹੜੇ ਜਵਾਈ ਨੇ ਉਹ 7 ਮਹੀਨੇ ਤੋਂ ਇਸ ਜਿਹੜੀ ਭਿਆਨਕ ਬਿਮਾਰੀ ਆ ਉਹਦੇ ਨਾਲ ਲੜ ਰਹੇ ਨੇ। ਰਣ ਸਿੰਘ ਜੀ ਅੱਜ ਘਰ ਨਹੀਂ ਸੀਗੇ, ਸਾਨੂੰ ਫੋਨ ਕੀਤਾ ਗਿਆ ਸੀ ਪਿੰਡ ਵੱਲੋਂ, ਅਤੇ ਰਣ ਸਿੰਘ ਅੱਜ ਘਰ ਨਹੀਂ ਹੈਗੇ, ਅਤੇ ਉਹਨਾਂ ਦੀ ਤਸਵੀਰ ਵਗੈਰਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਬਹੁਤ ਔਖਾ ਹੁੰਦਾ ਘਰ ਦੇ ਵਿੱਚ, ਛੋਟੀ ਮੋਟੀ ਬਿਮਾਰੀ ਹੋਵੇ ਤਾਂ ਝੱਲੀ ਜਾ ਸਕਦੀ ਹੈ। ਐਡੇ ਭਿਆਨਕ ਬਿਮਾਰੀ 'ਤੇ ਲੱਖਾਂ ਰੁਪਇਆ ਇਸ ਤੋਂ ਪਹਿਲਾਂ ਲਾ ਚੁੱਕੇ ਨੇ। ਸਭ ਤੋਂ ਭਿਆਨਕ ਦੁੱਖ ਕਿ ਘਰ ਵਿਕ ਚੁੱਕਾ ਬਿਮਾਰੀ 'ਤੇ, ਤਾਂ ਹੱਥ ਜੋੜ ਕੇ ਦੁਬਾਰੇ ਅਪੀਲ ਕਰਦੇ ਹਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਓ, ਕੋਈ ਸਮਾਜ ਸੇਵੀ ਸੰਸਥਾ ਇਸ ਪਰਿਵਾਰ ਤੱਕ ਪਹੁੰਚ ਕਰੇ। ਸੋ ਬਣੇ ਰਹੋ ਸਰਲੇਖ ਦੇ ਨਾਲ।